ओ बेबे आ कुड़ी है कोई पुठे तवे वर्गी शगल है ना इहदे नाल करां ब्याह मैं हुण वरिंदर आ जाओ आप एक सैल्फी लईए ना सैल्फी लैने तो बड़ी सोहनी है पर मेरी माँ तो पुछ सारे सियापे इहदे पाए होए ने पिंड च मैनू निकलण जोगा नहीं छड्डिया जिहड़ा आउंदा ना ताना मार के भग जांदा कोई ना माँ तेरी मुंडा मैं जे ब्याह के ला सकदा ना इहनू तां घरों भी कढ सकदा इन्ना तंग करूँ ना इन्ना तंग करूँ ये भी आप ही छड़ के भजू मैनू जे मैं नहीं गोरी हुंदी तां फिर जाके किसी गोरी नाले ब्याह करवा लै अच्छा हुण तूं मेरे अगे जवान लड़ूंगी ओ आउण वाले ने ते कुड़ी हजे तक तैयार नहीं हुई लवप्रीत ओ पुत लवप्रीत हां बापू ओ आ जा पुत तैयार हो जा बापू तैयार तां मैं होगी ओ पुत ओ सूट तां कोई चज दा पा लैंदी बापू चज दा सूट पाउण दा की फायदा 50 रिश्ते वाले मुड़ गए जिहड़ा आउंदा मेरे रंग नूं देख के वापस मुड़ जांदा ਉਹਨਾਂ ਨੇ ਮੇਰੇ ਕੱਪੜੇ ਥੋੜੀ ਦੇਖਣੇ ਨੇ ਬਾਪੂ ਮੇਰਾ ਰੰਗ ਰੂਪ ਦੇਖਣਾ ਉਹ ਧੀਏ ਪਤਾ ਨਹੀਂ ਤੇਰੇ ਵਾਰੀ ਰੱਬ ਕੋਲੇ ਰੰਗ ਮੁੱਕ ਗਿਆ ਸੀ ਹੈਂ ਸਮਝ ਨਹੀਂ ਆਉਂਦੀ ਕੁਛ ਚੱਲ ਕੋਈ ਨਾ ਬਾਪੂ ਜੇ ਕਰਮਾਂ 'ਚ ਲਿਖਿਆ ਹੋਇਆ ਤਾਂ ਹੋ ਵੀ ਜਾਊਗਾ ਜੇ ਨਹੀਂ ਲਿਖਿਆ ਤਾਂ ਨਹੀਂ ਸਹੀ ਨਾਲੇ ਬਾਪੂ ਛੱਡ ਦੇ ਖੈੜਾ ਮੈਂ ਤਾਂ ਕਹਿੰਦੀ ਹਾਂ ਕੀ ਮੰਗਦਾ ਰਿਸ਼ਤੇ ਰੁਸ਼ਤੇ ਤੋਂ ਨਹੀਂ ਪੁੱਤ ਜੇ ਤੇਰਾ ਰਿਸ਼ਤਾ ਹੋ ਜੇ ਤਾਂ ਲੋਕਾਂ ਦੇ ਮੂੰਹ ਬੰਦ ਹੋ ਜਾਣ ਤੇ ਮੈਂ ਵੀ ਸੌਖਾ ਹੋ ਜਾ ਬਾਪੂ ਬਾਹਰ ਖੜਕਦਾ ਅੱਛਾ ਤੂੰ ਚੱਲ ਅੰਦਰ ਧੀਏ ਤੇ ਮੈਂ ਬਾਹਰ ਖੋਲ ਕੇ ਆਉਣਾ ਆ ਜੀ ਵਿਚੋਲਾ ਸਾਹਿਬ ਜੀ ਕੀ ਹਾਲ ਆ ਠੀਕ ਹੋ ਖੁਸ਼ ਹੋ ਵਧੀਆ ਵਧੀਆ ਠੀਕ ਠਾਕ ਅੱਜ ਸਸਰੀ ਕਾਲ ਸਤਿ ਸ੍ਰੀ ਅਕਾਲ ਬੇਟੇ ਸਤਿ ਸ੍ਰੀ ਅਕਾਲ ਠੀਕ ਹੋ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਬੈਠੋ ਜੀ ਹੋਰ ਤਾਂ ਠੀਕ ਠਾਕ ਪਹੁੰਚ ਗਏ ਹਾਂ ਜੀ ਠੀਕ ਸ਼ੁਕਰ ਹੈ ਸ਼ੁਕਰ ਮੈਂ ਲੈ ਆਇਆ ਸੀ ਦਾਇਆ ਮੂਰੇ ਜਾ ਕੇ ਠੀਕ ਹੈ ਗਰਮੀ ਵਾਲੀ ਪੈ ਰਹੀ ਹੈ ਜੀ ਕੀ ਕਰੀਏ ਮੱਲੋ ਮੱਲੀ ਲੇਟ ਹੋ ਜਾਂਦੇ ਆ ਇਹ ਤਾਂ ਕੁਦਰਤੀ ਹੈ ਜੀ ਬਸ ਹੋਰ ਲੈ ਤਾਂ ਗੱਲਾਂ ਤਾਂ ਬਹੁਤ ਹੋ ਗਈਆਂ ਫਿਰ ਬੁਲਾ ਭੈਣ ਨੂੰ ਆ ਲਵਪ੍ਰੀਤ ਪੁੱਤ ਆ ਪਾਣੀ ਲੈ ਕੇ ਆ ਬੇਟੇ ਹੋਰ ਤਾਂ ਸਭ ਠੀਕ ਠਾਕ ਹੈ ਹਾਂ ਵਧੀਆ ਵਧੀਆ ਠੀਕ ਹੈ ਤਾਇਆ ਤੂੰ ਸੁਣਾ ਹਾਂ ਠੀਕ ਹੈ ਵਧੀਆ ਐਤਕੀ ਫਸਲ ਬਾੜੀ ਠੀਕ ਹੋਈ ਹੈ ਹਾਂ ਠੀਕ ਹੈ ਵਧੀਆ ਚਲੋ ਸ਼ੁਕਰ ਹੈ ਰੱਬ ਦਾ ਸ਼ੁਕਰ मम्मी एक मिनट गल सुनोगे मेरी चल बापू मैं कहा सी ना थोनू ਵੀ ਮੇਰੇ ਕਾਲੇ ਰੰਗ ਨੂੰ ਦੇਖ ਕੇ ਮੁੜ ਜਾਣਗੇ ਜ਼ਰੂਰ ਨਾ ਨਾ ਭੈਣੇ ਇਹ ਤਾਂ ਕੋਈ ਕੰਮ ਗਏ ਹੋਣਗੇ ਗੱਲਬਾਤ ਕਰਨ ਕੋਈ ਜ਼ਰੂਰੀ ਦੱਸਿਆ ਹੋਇਆ ਮੈਂ ਮੁੰਡੇ ਨੂੰ ਸਾਰਾ ਵੀ ਕੁੜੀ ਪੱਕੇ ਰੰਗ ਦੀ ਆ ਇਹੋ ਜਿਹੀ ਗੱਲ ਨਹੀਂ ਕੋਈ ਨਹੀਂ ਮੁੰਡਾ ਸਿਆਣਾ ਪੁੱਤ ਕੋਈ ਸਲਾਹ ਕਰਨ ਗਏ ਹੋਣਗੇ ਕੋਈ ਗੱਲ ਨਹੀਂ ਚਲੋ ਦੇਖਦੇ ਹਾਂ ਉਹ ਬੇਬੇ ਆ ਕੁੜੀ ਹੈ ਕੋਈ ਪੁੱਠੇ ਤਵੇ ਵਰਗੀ ਸ਼ਗਲ ਹੈ ਨਾ ਇਹਦੇ ਨਾਲ ਕਰਾਂ ਵਿਆਹ ਮੈਂ ਹੁਣ ਬੇ ਪੁੱਤ ਤੂੰ ਤਾਂ ਉਈ ਭੱਜਿਆ ਆ ਪਹਿਲਾਂ ਹੀ ਉੱਠ ਕੇ ਤੁਰ ਪੈ ਤੂੰ ਤਾਂ ਮਾੜਾ ਮੋਟਾ ਲੰਮੀ ਨਿਗਾਹ ਮਾਰ ਕੁੜੀ ਘਰਾਣੇ ਘਰ ਦੀ ਕਿਤੇ ਧਰੀ ਨਹੀਂ ਪਈ ਰਿਸ਼ਤਾ ਬਥੇਰਾ ਵਧੀਆ ਮੋਟੀ ਮੁਰਗੀ ਨਾਲੇ ਇੰਨਾ ਦਾਜ ਦੇ ਦੇਣਗੇ ਉਹ ਬੇਬੇ ਇਕੱਲੇ ਦਾਜ ਨੂੰ ਚੱਟਣਾ ਯਾਰ ਮੈਨੂੰ ਤਾਂ ਅੰਗਰੇਜ਼ਾਂ ਵਰਗੀ ਕੁੜੀ ਚਾਹੀਦੀ ਹੈ ਨਾਲੇ ਆ ਦੇਖ ਤਾਂ ਲੈ ਕਹੀ ਜੀ ਇਹ ਬੇ ਪੁੱਤ ਮੇਰੀ ਸੁਣ ਲੈ ਗੱਲ ਤੂੰ ਪੁੱਠਾ ਦਿਮਾਗ ਲਾ ਲਿਆ ਤੈਂ ਆਪਦਾ ਨਾਲੇ ਤਾਂ ਕੁੜੀ ਦੇ ਭਾਈ ਨਹੀਂ ਸਾਰੇ ਕਾਸ ਦਾ ਮਾਲਕ ਤੂੰ ਬਣੇਗਾ ਨਾਲੇ ਤੈਨੂੰ ਇੰਨਾ ਦਾਜ ਦਹੇਜ ਦੇ ਕੇ ਪਿੰਡ ਦੇ ਮੂੰਹ ਟੱਡੇ ਰਹਿ ਜਾਣਗੇ ਕਾਲਾ ਗੋਰਾ ਨਾ ਤੂੰ ਦੇਖ ਮੇਰੀ ਮੰਨਦਾ ਮੈਂ ਤਾਂ ਰਿਸ਼ਤਾ ਲੈ ਕੇ ਤਿਆਰ ਹਾਂ ਭਾਈ ਹੁਣ ਤੇਰੀ ਮਰਜ਼ੀ ਰਹੇਗੀ ਜੇ ਮੇਰੇ ਉੱਤੋਂ ਦੀ ਹੈ ਤਾਂ ਜਿਹੜਾ ਮਰਜ਼ੀ ਰਿਸ਼ਤਾ ਲਈ ਨਾ ਲਈ ਮੈਂ ਤਾਂ ਤੇਰੀ ਗੱਲ 'ਚ ਵੀ ਨਹੀਂ ਆਉਂਦੀ ਉਹ ਮਾਂ ਕੀ ਦਾਜ ਦਾਜ ਲਈ ਯਾਰ ਮੇਰੇ ਯਾਰ ਦੋਸਤ ਪਤਾ ਕੀ ਕਹਿਣਗੇ ਦੇਖ ਤਾਂ ਲੈ ਕਹੀ ਜੀ ਹੈ ਵੀ ਜਿਵੇਂ ਚੰਨ ਨੂੰ ਗ੍ਰਹਿਣ ਲੱਗਿਆ ਹੁੰਦਾ ਬੇ ਪੁੱਤ ਮੇਰੀ ਮੰਨਦਾ ਇੱਕ ਗੱਲ ਦੇਖੀ ਸਹੀ ਤੂੰ ਕਾਲਾ ਗੋਰਾ ਰੰਗ ਨਾ ਦੇਖ ਦੇਖੀ ਸਹੀ ਜਦੋਂ ਟਰੱਕ ਭਰ ਕੇ ਦਾਜਦਾ ਆ ਨਾ ਗਵਾਂਢੀ ਖੜਖੜ ਦੇਖਣਗੇ ਜੇ ਤੂੰ ਮੇਰੀ ਮੰਨਦਾ ਮੈਂ ਤਾਂ ਰਿਸ਼ਤਾ ਲੈ ਕੇ ਤਿਆਰ ਆ ਇਹ ਉਹ ਚੰਗਾ ਯਾਰ ਮਾਂ ਤੂੰ ਪਹਿਲਾਂ ਵਿਚੋਲੇ ਨੂੰ ਬੁਲਾ ਬੁਲਾ ਲਾਨੀ ਆ
बे पुत बचोलिया उरे आई माड़ा जा। हाँ दस ताई की गल होगी साइड ते खड़ गई। बे भाई कादी गल है आ ही नहीं मानता। हाँ वरिंदर की गल होगी दस। ओ भाई पहले तो दस दिंदा भी कुड़ी का जमा कॉफी वर्गा रंग है, चल सावले रंग की होंगी फिर भी मान लैंदा मैं। मेरी गल सुन वरिंदर, मैं ताई नूं इह गल दसी सी भी रंग पक्का गा ते तू भी दिमाग नूं हथ मार ला आपदा। कुड़ी है कली दस किले आउंदे ने बाहण दे। हाँ इहदा रंग पक्का करके कुड़ी नूं रिश्ता नहीं हुंदा, नाले देणगे गड्डी दे 30-35 लख रुपए नगद कैश देणगे। ले देख लै बे इन्ना धरिया पै कितें दाज दे जो लोगों ने मूँह अड्डे रह जाएंगे तू देखी सही। मैं चा ताई नूं सारी गल समझाई हुई हैगी, कोई बड़ा फर्क नहीं पैंदा, कोई एडा भी काला रंग नहीं गा, तू सारी उम्र ऐश करेंगा। बे पुत कुछ नहीं हुंदा। हाँ कर दे आए नहीं आपा कबीलदार आंगे फिर भी थोड़े नाल तो दुगने सौखे। हाँ ओ चल कोई ना मैं देख दे आपा नाले पुत कबीलदार ने तियां कितें धरियां पईयां ने भाई बाकी जट जिमीदार ने। हाँ होर कहियां हुंदियां ने नाले फिर एक कड़ा बेचारा आपा नु माड़े थामे खड़ा हुंदा है आए कहंदे वो चल कल्ला जवाक है इन्ना दाज दे जे देणगे। जे कुड़ी इज्जत पक्खों होवे ओ मेरी जिम्मेवारी। ठीक है भाई हाँ कुड़ी जे मैं बहुत सियाणी। ठीक है ठीक है भाई रंग कन्नी ना जा। चल जिम्मे थोनू ठीक लगदा ओवें कर लो। चल चली आ जा बस सन तो ठीक है भाई तू कुछ मर्जी कही चल। ਲੈ ਤਾਇਆ ਤੂੰ ਤਾਂ ਉਹੀ ਘਬਰਾਈ ਜਾਂਦਾ ਸੀ, ਇਹਨਾਂ ਨੂੰ ਕੁੜੀ ਪਸੰਦ ਹੈਗੀ, ਰਿਸ਼ਤਾ ਮਨਜ਼ੂਰ ਹੈਗਾ। ਸ਼ੁਕਰ ਹੈ ਭੈਣ ਜੀ ਤੁਸੀਂ ਸਾਡੀ ਕੁੜੀ ਪਸੰਦ ਕੀਤੀ। ਕੋਈ ਨਾ ਜੀ ਕੋਈ ਨਾ, ਪਸੰਦ ਵਾਲੀ ਕਿਹੜੀ ਗੱਲ ਹੈ, ਕਬੀਲਦਾਰਾਂ ਦੀ ਧੀ ਕਿਤੇ ਧਰੀ ਪਈ ਹੈ, ਅਸੀਂ ਰੰਗ ਕੰਨੀ ਨਹੀਂ ਦੇਖਿਆ, ਅਸੀਂ ਕੁੜੀ ਦੇ ਵਿੱਚ ਗੁਣ ਦੇਖੇ ਨੇ। ਪਹਿਲੇ 10 ਜਣੇ ਆਏ ਸੀਗੇ, ਕੁੜੀ ਦਾ ਰੰਗ ਦੇਖ ਕੇ ਦਸੇ ਹੀ ਮੁੱਕਰ ਗਏ। ਰੰਗ ਤਾਂ ਜੀ ਪਰਮਾਤਮਾ ਦੀ ਮਰਜ਼ੀ ਹੈ, ਗੋਰਾ ਕਾਲਾ ਤਾਂ ਉਸੇ ਨੇ ਕਰਨਾ। ਠੀਕ ਹੈ ਗੁਣ ਆਪਾਂ ਨੇ ਦੇਖਣੇ ਨੇ, ਧੀ ਪੁੱਤ 'ਚ ਕੀ ਗੁਣ ਆ। ਕੋਈ ਗੱਲ ਨਹੀਂ ਜੀ ਕੁੜੀ ਸਾਡੇ ਫਿੱਟ ਹੈ, ਤੁਸੀਂ ਆਪਣੀਆਂ ਵਿਆਹ ਦੀਆਂ ਤਿਆਰੀਆਂ ਕਰੋ। ਠੀਕ ਹੈ ਭੈਣ ਜੀ। ਬਾਕੀ ਤਾਇਆ ਘਬਰਾਉਣ ਵਾਲੀ ਕੋਈ ਗੱਲ ਨਹੀਂ ਗੀ, ਇਹ ਤਾਈ ਵੀ ਬਹੁਤ ਨਰਮ ਆ ਅਤੇ ਮੁੰਡਾ ਉਦੂ ਨਰਮ ਹੈਗਾ। ਸਾਡੇ ਵੱਲੋਂ ਤਾਂ ਜੀ ਸਾਨੂੰ ਕੋਈ ਉਲਾਂਭਾ ਨਹੀਂ ਆਉਂਦਾ, ਤੁਸੀਂ ਬੇਫਿਕਰ ਰਹੋ, ਮੈਂ ਇਹਨੂੰ ਆਪਣੀ ਧੀ ਬਣਾ ਕੇ ਰੱਖੂੰਗੀ, ਮੇਰੇ ਵੀ ਧੀ ਨਹੀਂ ਹੈਗੀ, ਇਕੱਲੇ ਹੀ ਪੁੱਤ ਹੈ ਮੇਰੇ ਵੀ। ਮਾਂ ਸ਼ਰਤ ਬਾਰੇ ਤਾਂ ਕਹਿ ਦਿੰਦੇ ਉਹ ਸ਼ਰਤ ਦੀ ਗੱਲ। ਹਾਂ ਜੀ ਸ਼ਰਤ ਕੀ? ਇੱਕ ਸਾਡੀ ਸ਼ਰਤ ਜ਼ਰੂਰ ਹੈ ਜੀ ਕੀ? ਪਰ ਰੁਪਈਆ ਸਾਨੂੰ ਨਗਦ ਕੈਸ਼ 35 ਲੱਖ ਚਾਹੀਦਾ। 35 ਲੱਖ? ਹਾਂਜੀ ਚਲੋ ਕੋਈ ਗੱਲ ਨਹੀਂ 35 ਲੱਖ ਵੀ ਦੇਵਾਂਗੇ, 35 ਲੱਖ ਦੀ ਬਜਾਏ 40 ਲੱਖ ਦੇਵਾਂਗੇ। ਚਲੋ ਠੀਕ ਹੈ ਜੀ ਠੀਕ ਹੈ, ਟਰੱਕ ਭਰ ਕੇ ਦਾਜ ਦਾ ਦੇਵਾਂਗੇ, ਨਾਲੇ ਇੱਕ ਗੱਡੀ ਦੇਵਾਂਗੇ। ਚਲੋ ਠੀਕ ਹੈ ਜੀ, ਮੇਰੀ ਇਕੱਲੀ ਇਕੱਲੀ ਧੀ ਹੈ, ਹੋਰ ਸਾਨੂੰ ਕੀ ਚਾਹੀਦਾ ਹੈ? ਠੀਕ ਹੈ ਜੀ, ਮੇਰੀ ਧੀ ਦਾ ਰਿਸ਼ਤਾ ਹੋ ਗਿਆ, ਮੈਂ ਬਹੁਤ ਖੁਸ਼ ਹਾਂ ਬਹੁਤ। ਚਲੋ ਠੀਕ ਹੈ ਧੀਏ ਆਪਦੇ ਵਿਆਹ ਦੀਆਂ ਤਿਆਰੀਆਂ ਕਰੋ। ਚਾਹ ਪਾਣੀ? ਕੋਈ ਨਾ ਪੁੱਤ ਬਸ ਚਾਹ ਪਾਣੀ ਤਾਂ ਅਸੀਂ ਬਸ ਪੀਤਾ ਹੀ ਆ, ਪੀਤੇ ਨੂੰ ਵੱਧ ਹੋ ਗਿਆ। ਚੱਲ ਪੁੱਤ ਆਪਾਂ ਆਪਣੇ ਵਿਆਹ ਦੀਆਂ ਤਿਆਰੀਆਂ ਕਰੀਏ। ਚੰਗਾ ਧੀਏ ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ। ਲੈ ਤਾਇਆ ਚੱਲ ਮੈਂ ਵੀ ਚੱਲਦਾ। ਚੰਗਾ ਕਰ ਲਓ ਵਿਆਹ ਦੀਆਂ ਤਿਆਰੀਆਂ ਫਿਰ। ਅੱਛਾ ਬਾਪੂ ਜੀ ਬਾਕੀ ਤਾਂ ਸਭ ਠੀਕ ਹੈ, ਵੀ ਉਹਨਾਂ ਨੂੰ ਮੇਰਾ ਰਿਸ਼ਤਾ ਪਸੰਦ ਹੈ, ਪਰ ਆ 35 ਲੱਖ ਰੁਪਇਆ ਦਾਜ ਦਾ ਜਿਹੜਾ ਮੰਗਿਆ ਇਹ ਆਪਾਂ ਕਿੱਥੋਂ ਦੇਵਾਂਗੇ? ਕੋਈ ਗੱਲ ਨਹੀਂ ਪੁੱਤ ਤੂੰ ਫਿਕਰ ਨਾ ਕਰ, ਤੇਰਾ ਪਿਓ ਹਜੇ ਜਿਉਂਦਾ ਹੈ, ਆਪਾਂ ਨਹਿਰ ਪਰਲੀ ਨਹਿਰ ਵਾਲਾ ਪਾਸਾ ਵੇਚ ਦਾਂਗੇ। ਬਾਪੂ ਵੇਚਣ ਦੀ ਕੀ ਲੋੜ ਹੈ, ਦੇਖੀ ਉਹਨਾਂ ਕੋਲੇ ਵੀ ਤਾਂ 20 ਕਿੱਲੇ ਜ਼ਮੀਨ ਦੇ ਨੇ, ਫਿਰ ਵੀ 35 ਲੱਖ ਦੇ ਭੁੱਖੇ ਨੇ ਉਹ। ਉਹ ਕੋਈ ਗੱਲ ਨਹੀਂ ਪੁੱਤ ਆਪਾਂ 5-4 ਲੱਖ ਰੁਪਇਆ ਜੇ ਵੱਧ ਲੱਗ ਗਿਆ ਤਾਂ ਲਾ ਦਾਂਗੇ, ਫਿਰ ਕੀ ਹੁੰਦਾ, ਤੇਰੀ ਜ਼ਿੰਦਗੀ ਦਾ ਸਵਾਲ ਹੈ ਪੁੱਤ। ਬਾਪੂ ਜ਼ਿੰਦਗੀ ਦੇ ਸਵਾਲ ਨੂੰ ਕੀ ਹੈ, ਮੈਨੂੰ ਕਿਸੇ ਛੋਟੇ ਜਿਹੇ ਘਰ ਵਿਆਹ ਦਿੰਦਾ ਇਦੂ ਤਾਂ ਤੂੰ। ਨਹੀਂ ਨਹੀਂ ਪੁੱਤ ਉੱਥੇ ਹੀ ਕਰਾਂਗੇ ਵਿਆਹ, ਮੁੰਡਾ ਚੰਗਾ, ਮੁੰਡਾ ਸਮਝਦਾਰ ਹੈ ਸੋਹਣਾ ਹੈ। ਇਹ ਵੀ ਗੱਲ ਹੈ ਬਾਪੂ, ਮਸਾ ਤਾਂ ਮੈਂ ਉਹਨਾਂ ਨੂੰ ਪਸੰਦ ਆਈ ਆ, ਨਹੀਂ ਤਾਂ ਹਰੇਕ ਮੇਰਾ ਰੰਗ ਦੇਖ ਕੇ ਮੈਨੂੰ ਛੱਡ ਜਾਂਦਾ ਸੀ। ਇਦੋਂ ਬਾਅਦ ਤੇਰਾ ਵਿਆਹ ਵੀ ਨਹੀਂ ਹੋਣਾ ਪੁੱਤ, ਤੇ ਤੂੰ ਨਾ ਨਾ ਕਰੀ ਮੇਰੀ ਬੇਟੀ ਮੇਰੀ ਧੀ। ਵਰਿੰਦਰ ਆ ਜਾਓ ਆਪਾਂ ਇੱਕ ਸੈਲਫੀ ਲਈਏ। ਨਾ ਸੈਲਫੀ ਲੈਣ ਨੂੰ ਤੂੰ ਬਾਹਲੀ ਸੋਹਣੀ ਹੈ, ਮੇਰਾ ਦਿਮਾਗ ਨਾ ਖਰਾਬ ਕਰ। ਕੀ ਗੱਲ ਤੁਸੀਂ ਇੰਨਾ ਗੁੱਸੇ 'ਚ ਕਾਹਤੋਂ ਬੋਲਦੇ ਹੋ ਮੇਰੇ ਨਾਲ, ਕਿ ਮੇਰੇ ਘਰਦਿਆਂ ਦੀ ਸੇਵਾ 'ਚ ਕੋਈ ਕਮੀ ਰਹਿ ਗਈ ਸੀ? ਉਹ ਕਮੀ ਤੇਰੇ ਘਰਦਿਆਂ 'ਚ ਨਹੀਂ ਤੇਰੇ 'ਚ ਹੈ। ਮੇਰੇ 'ਚ? ਪਰ ਮੇਰੇ 'ਚ ਕੀ ਕਮੀ ਹੈ? ਨਾ ਸ਼ੀਸ਼ੇ 'ਚ ਸ਼ਕਲ ਦੇਖੀ ਆਪਦੀ, ਤੇਰੇ ਨਾਲ ਤਾਂ ਨਾ ਸਾਡੀ ਮੱਝ ਦਾ ਰੰਗ ਸੋਹਣਾ ਹੈ। ਜੇ ਰੰਗ ਦੀ ਗੱਲ ਸੀ, ਰੰਗ ਤਾਂ ਮੇਰਾ ਪਹਿਲਾਂ ਵੀ ਤਾਂ ਕਾਲਾ ਹੀ ਸੀ, ਰਿਸ਼ਤੇ ਨੂੰ ਹਾਂ ਕਾਹਤੋਂ ਕੀਤੀ ਸੀ? ਉਹ ਰਿਸ਼ਤੇ ਨੂੰ ਹਾਂ ਮੈਂ ਨਹੀਂ, ਉਹ ਮੇਰੀ ਮਾਂ ਦੀ ਮੱਤ ਵੱਜੀ ਸੀ। ਆ ਜਿਹੜਾ ਦਾਜ ਦਾ ਟਰੱਕ ਲੈ ਕੇ ਆਈ ਹੈ ਨਾ, ਅਤੇ ਆ 35 ਲੱਖ ਰੁਪਈਆ, ਉਹਦੇ 'ਤੇ ਡੁੱਲ ਗਈ ਮੇਰੀ ਮਾਂ। ਵਰਿੰਦਰ ਮੇਰੀ ਗੱਲ ਤਾਂ ਸੁਣ ਜੋ,
इनू की हो गया कुड़े? पता नहीं बेबे, कहते सिर दुखदा मेरा। अच्छा मैं तेनू ए कहती सी और जेडे शगन वाले पैसे ने वह भाई सानू चाहिए ने, मैनू दे जेडे तेरे को है ने। शगन वाले केड़े बेबे? शगन वाले मैं तेनू वह कहनी हाँ जेडी थोनू सलामी पई थी। सानू लोड़ है पैसों की, हलवाई का हिसाब किताब हजे बिच पिया करना। पर मम्मी वो शगन तो मैनू पिया सी, वो तो मेरे को रहन दो। पुत तू भी तो साढ़े ही है, अपना कहड़ा कुछ बंडिया, आ सारा कुछ धीए तेरे ही है। नाले ऐ करती है वो जड़े रिंग रुंग जे ने टूम टाकी जी सारी वो मैनू समा दे, क्यों चोरी चपटा का पता ही नहीं हुंदा लोकां दा। हाँ मम्मी एक तो राणी हार पाया सी ते एक रिंग पाए सी। हाँ उही कहनी आ धीए, वो तू मैनू फड़ा दी, मैं सामके रख लूं, की पता लगदा लोकां दी नजर हो जे। हाँ फिर की करांगे आपां? फड़ा देनी आ। ठीक है धीए मैं आई मम्मी, चल चल चंगा पुत्त। ये सब हो की रही है, पहला वरिंदर आया मेरे रंग रूप बारे बोल के चला गया, ते हुण बेबे कहिंदी सारी टूम टल्ला ला के फड़ा दे, नाले जिहड़ा मैं दाज दा ट्रक लैके आई सी ते 35 लाख कैश लैके आई सी उहदे नाल इहनां दा ढिड्ड भी नहीं भरिया हाले तक। हाँ सिमरन ठीक ठाक वधिया, तूं दस किवें आ? हाँ हाँ मम्मी सारे ठीक ने, मम्मी हुरी भी। अच्छा ले मुबारक फिरता तेनू ना, तेरी जमाई शर्म उतरी पई है, व्याह च 2 दिन रह गए ते आपदी सहेली नू हुण फोन कर दी। अच्छा हाँ ये तो है, हाँ हाँ जरूर आवांगे, ले तू बुलावे ते मैं आवां ना। ठीक है मैं मम्मी ना कर दी गल। हाँ हाँ कल ही आ जाएंगे। ठीक है कुड़े पुत किहदा फोन सीगा ए? मम्मी मेरी सहेली का फोन सी, मेरे नाल पढ़ती सी मेरे पिंड तो सिमरन, ते ओदा व्याह है परसों नू। अच्छा अच्छा पहले तो कहिंदे इकट्ठ नहीं करदे सी, हुण मौके ते सलाह होगी भी चल जिहड़ियां मेन मेन सहेलियां ने उहनां नू बुला लै। हाँ हाँ ते मैनू कहिंदी तू ते वरिंदर तां जरूर आयो। चल भाई बग जिओ नाले बहाने नाल मिल आवेगी। हाँ होर ते मम्मी वरिंदर इत्थे अंदर ही हो भाई। वरिंदर मैं वरिंदर नू पुछे लैनी आ। आ पुछ लै भाई कोई ना। ओ आ गया मां। हाँ दस की काम है? कोले तो आ जा दस दिनी तेन। हाँ दस बह जा, तू तो सच्ची घबराहट वाली गल कर दें जो मेरे ना गल कर देंगा। वरिंदर मैं तो इवें कहती सी मेरी ना सहेली का विह है परसों। हाँ फिर मैं उदी लावा करवाणी ने जाके। लै बे तू ए कहू पुठा बोलदा है, लावा नहीं यदी सहेली ने ब्याह सद्या सू दोनों जन इनू जाके ब्याह दिखा लिया। वो फिर कली बगजू है न्याणी थोड़ी है, मैं सोना लगूंगा पहला देखता लै लगूगा जो मैं दुध च मक्खी डिगी हुंदी है। चल कोई ना ऐ कर। वरिंदर तुसी हर वारी मैनू रंग रूप दा मेड़ा मार दिंदे हो, ओह तां ब्याह वेले देख लैणा सी तुसी, कोई गोरी चिट्टी कुड़ी लै आंदे। वाह मेरी माँ तो पुछ, सारे सियापे इहदे पाए होए ने, पिंड च मैनू निकलण जोगा नहीं छड्डिया, जिहड़ा आउंदा ना ताना मार के भग जांदा। बे पुत काहदे पिछे लड़ाई पाई आ, हाले थोड़े दिन होए ने छोटे ब्याह होए नू, की लोक कहणगे इहनां ने सनेही लड़ाई बिढली। चल पुत तू ऐ कर, तू तेरे प्यो नू फोन कर दे तैनू आ के लै जूगा, तू तो अपनी सहेली का ब्याह देख ये तो यही गल्ला रहन गई। ठीक है मम्मी मैं बापू नू ही फोन कर दिनी। मामा मेरी गल सुन, जा 500 रुपया लैके दे मैनू। बे तैं 500 रुपया की करना गा? वो दारू पीनी होर की करना मैं। बूमा मर जा, बे तेरे तो रोज दई हो गया है कंजर किता, तू मेरे कोठे संग मान। की संग मना होर की करा मैं, दसी मैनू आ काली कलूटी लैके मेरे मत्थे मारी तुसी। बे हुणे तां सारी उम्र तेरे कोल ही रहूगी, हुण तू रोज़ी दारू पीणी हैगी, इहदे नाल तां भाई टाइम कढ़णी पऊ तैनू। पता नहीं कदों के इहदा खेड़ा छुट्टू कदों ना। ओ यार बड़ियां गल्लां ना मर जा, 500 रुपया लैके दे मैनू। लिया के दे इहनू 500 रुपया, इह तां हुण सिर लट तेरा सारी उम्र दा हैगा, इह नहीं हैगा। ओ चंगा बग जा तू पैसे लिया दे मैनू। कोई ना इह तां किवें नहीं जांदी मां, मैं भी तेरा ही मुंडा, जे ब्याह के ला सकदा ना इहनू तां घरों भी कढ सकदा, इन्ना तंग करूं ना इन्ना तंग करूं ये भी आप ही छड़ के भजू मैनू।
ओ पानी लिया दे। बेला फड़ पाई पी ला पानी, तेरे वास्ते पानी ले आउंदी थी मैं ता। ओ मां मैं उनू क्या सी पानी ले उनू? बे ओ करे नहीं हैगी भाई, बिक्की दी बहू नाल पार्लर च गई होई है। ना पार्लर की करन गई है ओ? बे माड़ा मोटा मुंह मां साफ कराउन गई है, होर की कराउना हुंदा कुड़ियां बंगवा ने। ना हुण ओ काली तो गोरी हो जू, रब भी थल्ले उतर के आ जे ना ता भी नहीं गोरी हुंदी ओ। बे तू ही कही जांदा एवें लगदा, बथेरी सोहणी हो जूगी सदा लई नहीं, ओही जी रहिंदी जे पालपुर दे माड़ा मोटा जाऊगी तां रंग साफ हो जू, ओही जी गल नहीं हैगी। तू तां आपदियां मारी जांदा हुंदा गा। ओ चंगा मेरी गल सुन, मैं तां कपड़े प्रेस नूं कहिंदा सीगा उहनूं। जदों उह आ गई कोई ना मैं कह दूंगी, करा दूंगी कपड़े प्रेस। ले ओ आ गई मिस इंडिया। ले मां देख लो आ गई हुण। ना आ गई बन के कैटरीना कैफ, हुण की लोड़ सी उत्थे जाण दी? कैटरीना कैफ वाली केड़ी गल आ, हुण मैं पार्लर भी नहीं जा सकदी। ना तैनूं लोड़ की सी उत्थे जाण दी, पहला मैनूं ऐ तां दस। मैं आप नहीं गई, मैनूं भाभी लैके गई सी। चल भाभी दा तां मन्निया, जिहनूं देख ले ना नज़र लगदी है, ते तैनूं देख ले तूं है ही नज़र बट्टू। तुहानूं सारा दिन होर कोई काम नहीं हैगा? सारा दिन मेरे रंग रूप नूं लैके बोलदे रहिंदे हो, इह तां रब दी देण हुंदा। ਨਾਲੇ ਜੇ ਇੰਨਾ ਹੀ ਮੇਰਾ ਰੰਗ ਕਾਲਾ ਸੀ ਨਾ ਫਿਰ ਉਸ ਦਿਨ ਨਾ ਕਰਿਆ ਹੁੰਦੇ। ਓਏ ਤੂੰ ਮੈਥੋਂ ਹੋਰ ਨਾ ਖਾਲੀ, ਮੈਂ ਇਹਨੂੰ ਚੁੱਪ ਕਰਾ ਲਾ, ਹਰੇਕ ਦਿਨ ਨਾ ਆਹੀ ਗੱਲ ਕਹੀ ਜਾਊਗੀ, ਵਿਆਹ ਕਿਉਂ ਕਰਾਇਆ ਸੀ, ਵਿਆਹ ਕਿਉਂ ਕਰਾਇਆ ਸੀ, ਉਹ ਐਨੇ ਕਰਾਇਆ ਸੀ ਵਿਆਹ। ਦਾਜ ਨੂੰ ਪਤਾ ਨਹੀਂ ਕੀ ਇਹਨੂੰ ਲੋੜੀਂਦਾ ਸੀਗਾ। ਕੁੜੇ ਰੋਜ਼ ਮੇਰੇ ਪੁੱਤ ਨਾਲ ਕਿਉਂ ਕਲੇਸ਼ ਕਰਦੀ ਆ ਤੂੰ? ਜਿੱਦਾਂ ਤੂੰ ਵਿਆਹੀ ਆ ਨਾ ਮੇਰਾ ਪੁੱਤ ਅੱਧਾ ਰਹਿ ਗਿਆ। ਮਾਂ ਮੈਂ ਕੀ ਕਲੇਸ਼ ਕੀਤਾ, ਤੁਹਾਡੇ ਸਾਹਮਣੇ ਮੈਂ ਤਾਂ ਕੁਛ ਬੋਲੀ ਵੀ ਨਹੀਂ, ਹੁਣ ਮੈਂ ਬਾਹਰ ਅੰਦਰ ਵੀ ਨਹੀਂ ਜਾ ਸਕਦੀ, ਇਹਦੇ 'ਚ ਮੇਰਾ ਕੀ ਕਸੂਰ ਹੈ ਜੀ ਮੇਰਾ ਰੰਗ ਕਾਲਾ ਤਾਂ? ਮੈਂ ਤੈਨੂੰ ਜਾਣਦੀ ਹਾਂ, ਬਥੇਰਾ ਉਹਦੇ ਨਾਲ ਰਾਤ ਨੂੰ ਕਲੇਸ਼ ਕਰਦੀ ਹਾਂ ਤੂੰ। ਜਿੱਦਾਂ ਦਾ ਵਿਆਹ ਕਰਾ ਸਕਾਂ ਮੇਰਾ ਪੁੱਤ ਤਾਂ ਫਸ ਗਿਆ। ਮੈਂ ਆ ਗਈ ਲਾਲਚ 'ਚ ਵੀ ਪਤਾ ਨਹੀਂ ਦਾਜ ਦੇ ਵਿੱਚ ਮੈਂ ਮੇਰਾ ਪੁੱਤ ਡੋਬ ਲਿਆ। ਤੁਸੀਂ ਲਾਲਚ 'ਚ ਆਏ ਹੋ ਨਾ, ਉਦੋਂ ਤੁਸੀਂ ਆਪਦਾ ਧਿਆਨ ਆਪ ਰੱਖਣਾ ਸੀ, ਉਦੋਂ ਵੀ ਤਾਂ ਦਿਖਦੇ ਹੀ ਸੀ, ਆਪ ਹੀ ਤਾਂ ਕਹਿੰਦੇ ਸੀ ਕਿ ਧੀਏ ਰੰਗ ਦੋ ਹੀ ਹੁੰਦੇ ਨੇ, ਗੋਰਾ ਤੇ ਕਾਲਾ, ਤੇ ਹੁਣ ਤੂੰ ਤੁਹਾਨੂੰ ਮੇਰਾ ਕਾਲਾ ਰੰਗ ਦਿਖਣ ਲੱਗ ਗਿਆ। ਨਹੀਂ ਤੇਰੇ 'ਚ ਤਾਂ ਅਕਲ ਵੀ ਨਹੀਂ, ਕਾਲੀ ਕੌਡੀ ਦੀ ਅਕਲ ਨਹੀਂ, ਕਾਲੀ ਤਾਂ ਜਿਹੜੀ ਹੈਗੀ ਆ ਹੈਗੀ ਆ ਮਰਿਆੜ ਵਰਗੀ। ਨਹੀਂ ਤੇਰੇ ਅਕਲ ਤਾਂ ਹੋਵੇ ਤੇਰੇ 'ਚ, ਕੋਈ ਤਾਂ ਗੁਣ ਹੋਵੇ। ਚੰਗਾ ਬੇਬੇ ਸਾਰੀ ਮੇਰੀ ਗਲਤੀ ਆ, ਗਲਤੀ ਤੁਹਾਡੀ ਨਹੀਂ ਹੈਗੀ। ਬੇੜਾ ਬੈਠਾ ਵਿਚੋਲੇ ਦਾ, ਅਕਲ ਵੀ ਹੈ ਕਹਿੰਦਾ, ਕੋਈ ਗੱਲ ਨਹੀਂ ਰੰਗ ਤਾਂ ਦੋ ਹੀ ਹੁੰਦੇ ਨੇ, ਪੱਕਾ ਰੰਗ ਹੈਗਾ। ਮੈਂ ਤਾਂ ਡੋਬਲੀ ਅਕਲ ਨੇ ਤੇ ਲਾਲਚ ਨੇ, ਮੈਨੂੰ ਨਹੀਂ ਤੀ ਪਤਾ ਵੀ ਇਹ ਜੀ ਡੈਣ ਸਾਡੇ ਮਗਰ ਲੱਗੂਗੀ। ਪੁੱਤ ਡੋਬ ਕੇ ਰੱਖ ਲਿਆ। ਜਲੂਸ ਨਹੀਂ ਕੱਢਿਆ ਵਰਿੰਦਰ, ਤੈਨੂੰ ਗੋਰੇ ਰੰਗ ਦੀਆਂ ਕੁੜੀਆਂ ਪਸੰਦ ਨੇ ਨਾ, ਮੈਂ ਆਪਦਾ ਰੰਗ ਗੋਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਨਾ ਪਾਊਡਰ ਲਾ ਕੇ ਤੂੰ ਗੋਰੀ ਹੋ ਜਾਏਗੀ, ਤੈਨੂੰ ਐ ਪਤਾ ਜੇ ਤੂੰ ਟਰੱਕ ਵੀ ਪਾਊਡਰ ਦਾ ਲਾੜੇ ਨਾ ਤਾਂ ਵੀ ਨਹੀਂ ਗੋਰੀ ਹੁੰਦੀ ਤੂੰ। ਜੇ ਮੈਂ ਨਹੀਂ ਗੋਰੀ ਹੁੰਦੀ ਤਾਂ ਫਿਰ ਜਾ ਕੇ ਕਿਸੇ ਗੋਰੀ ਨਾਲੇ ਵਿਆਹ ਕਰਵਾ ਲੈ। ਅੱਛਾ ਹੁਣ ਤੂੰ ਮੇਰੇ ਅੱਗੇ ਜਵਾਨ ਰਹੂਗੀ ਫਿਰ? ਨਾਲੇ ਤਾਂ ਲੋਕ ਕਹਿੰਦੇ ਨੇ ਕਿ ਰੰਗ ਦੋ ਬਣਾਏ ਨੇ, ਮੇਰੇ ਵੇਲੇ ਤੇਰਾ ਕਿਹੜਾ ਰੱਬਾ ਰੰਗ ਮੁੱਕ ਗਿਆ ਸੀ? ਜੇ ਕਾਲੇ ਲੋਕਾਂ ਨੂੰ ਕੋਈ ਪਸੰਦ ਹੀ ਨਹੀਂ ਕਰਦਾ ਫਿਰ ਕਾਲਾ ਰੰਗ ਬਣਾਇਆ ਕਿਉਂ ਹੈ? ਨਾਲੇ ਮੇਰਾ ਕੀ ਕਸੂਰ ਹੈ ਜੇ ਮੇਰਾ ਰੰਗ ਕਾਲਾ ਹੈ, ਕਿਵੇਂ ਗੋਰਾ ਕਰਾਂ ਮੈਨੂੰ?
ना बापू हुण मैं होर नहीं सहार सकदी। मैं तो हुण तक तां चुप बैठी सी भी सारा कुछ ठीक हो जूगा, पर इत्थे दा हालात दिन ब दिन बदलते जा रहे ने बापू। हुण तां मैं तेरे नाल ही जाणा पिंड। पुत कमल नहीं कुटदे हुंदे, ये रिश्ते गुड्डी पटोलिया वाले तो है नहीं। पुत मुश्किल तेरा ब्याह किया सी बापू, फिर मैं की करा जे मुश्किल नाल ब्याह किया सी। आथन दड़के मैनू रंग रूप नूं लैके ताने मिणे मारदे ने वी तू काले रंग दी है। भैणे गल सुन, असी तां नहीं बिरकरा कीता ना कदे तेरे काले गोरे रंग दा, लोक तां कहिंदे ही हुंदे ने, हुण लोकां वांग थोड़ी लगणागा। देख पुत हुण तां तैनूं सारी उम्र इत्थे कट्टणी पऊगी। नहीं बापू मैं नहीं कट सकदी हुण उम्र इत्थे, बहुत औखा मेरा। पुत तूं उत्थे किवें कट्टेंगी फिर, हुण मैं तेरा दूसरा ब्याह किवें करूंगा। पुत मैं दूजा ब्याह करन नूं कित्थे कहनी आं बापू, तू तां पहला वी करके फस गया सी, नाले तां 35 लाख रुपईआ इहनां दे हत्थ ते रखता, ते मैनूं सुख दी रोटी इहनां ने इक दिन नहीं खाण दित्ती। इक महीना हो गया व्याह नूं, उदों दी इही सुणदी आं तू काली कलूटी आ, तू कैटरीना कैफ नहीं लगदी, तू फलाणा नहीं लगदी, सारा दिन मेरे रंग रूप नूं लै के बोलदे रहिंदे ने। इन्ना क तां भैणे घर दे विच चलदी रहिंदा गा, जे तूं वी कलेश करेगी ऐ नहीं घर बसदे हुंदे, रहिणा तां हुण भैणे इत्थे पऊ तैनूं। छोटी मोटी गल नहीं हैगी वीरे, उन्हें हाथ चुकया सी मेरे ते। कोई ना जी, तुसी किसे गल दा गुस्सा ना करो, आपदा मन हौला ना करो, मेरी यह धीआं वर्गी है, न्याणी आ, कोई ना आपदे पुत्त नूं मैं समझा दूंगी। चलो चाह पानी पियो घुट। पे मुंडिया तू किसे टाइम मोबाइल चो भी निकल जा कर। ओ ना हुण की हो गया मां, ओ तां आप कहिंदी सी कहिंदी फोन ते गल्लां मार लिया कर। चाहे बे फोन ते गल्लां तैनूं मैं सारा दिन तां नहीं कहा वी मार लिया कर, नाले मेरी गल सुन ला। हुण तू कबीलदार हो गया, कबीलदारां नाल लड़ फड़ ला। ना होर तू मैनूं दस दे किवें फड़दे हुंदे ने। मैं तैनूं दसां, इह साक रिश्ते रोज़ रोज़ नहीं हुंदे हुंदे, नाले टब्बर नूं टब्बर समझीना हुंदा। लवप्रीत ने मैनूं सारा कुछ दसता। ना तैनूं की दसता, तूं ही सिखा दे मैनूं किवें रखदे हुंदे ने। ले तैनूं पता ही नहीं। ਮੈਨੂੰ ਪੁੱਛਦਾ ਮਾੜਾ ਮੋਟਾ ਕੋਈ ਉਹਦੇ ਨਾਲ ਕੋਈ ਰਿਸ਼ਤੇ ਵਿਆਹ ਟੱਬਰ ਵਾਲੀ ਗੱਲ ਕਰਿਆ ਕਰ ਉਹਦੇ ਨਾਲ। ਉਹ ਮਾਂ ਉਹ ਤੈਨੂੰ ਵੀ ਪਤਾ ਵੀ ਤੂੰ ਧੱਕੇ ਲਾਲਚ ਪਿੱਛੇ ਮੇਰਾ ਵਿਆਹ ਕੀਤਾ, ਠੀਕ ਹੈ ਨਾ। ਮੈਂ ਤੂੰ ਸਾਰੀ ਉਮਰ ਇਹੀ ਗੱਲ ਦੱਬੀ ਰੱਖੇਗਾ। ਨਾਲੇ ਤੂੰ ਤੈਨੂੰ ਮੈਂ ਇੱਕ ਗੱਲ ਹੋਰ ਕਹਿਣਾ, ਜੇ ਤੂੰ ਐਂ ਕਹਿਣੀ ਆ ਵੀ ਉਹਦੇ ਨਾਲ ਪਿਆਰ ਨਾ ਰਹਿ ਜਾਂ ਕੁਛ ਹੋਰ, ਇਹਦਾ ਤੂੰ ਸਾਰੀ ਜ਼ਿੰਦਗੀ ਭੁੱਲ ਜਾ। ਤੂੰ ਧੱਕੇ ਨਾਲ ਮੇਰਾ ਵਿਆਹ ਕੀਤਾ ਸੀਗਾ ਤੇ ਹੁਣ ਆਪਦੇ ਨਤੀਜੇ ਆਪ ਭੁਗਤ ਤੂੰ। ਬੇ ਮੇਰੀ ਗੱਲ ਸੁਣ ਲੈ, ਜੇ ਧੱਕੇ ਨਾਲ ਕੀਤਾ ਸੀ ਘਾਟ ਵੀ ਕਾਹਦੀ ਰਹਿ ਗਈ। ਉਹ ਮਾਂ ਤੇਰੇ ਨਾਲ ਤਾਂ ਮੈਂ ਮੱਥਾ ਮਾਰ ਨਹੀਂ ਸਕਦਾ। ਮਾਰ ਨਹੀਂ ਸਕਦਾ ਨਾਲੇ ਮੱਥਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ, ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ। ਜਿਹੜੀ ਵੀਡੀਓ ਤੁਸੀਂ ਹੁਣੇ ਹੁਣੇ ਵੇਖਿਆ ਟਿਓ, ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਏਗੀ। ਅਤੇ ਅੱਜ ਵੀਡੀਓ ਬਣਾਉਣ 'ਚ ਬਹੁਤ ਮਿਹਨਤ ਲੱਗੀ ਹੈ, ਰੰਗ ਕਾਲਾ ਦਿਖਾਉਣਾ ਪਿਆ, ਅਤੇ ਪੈਰ ਤਾਂ ਮੈਂ ਹਲੇ ਵੀ ਸਾਫ਼ ਕਰਨ ਨੂੰ ਭੁੱਲ ਗਈ, ਆਪਣੇ ਕਾਲਸ ਲੱਗੀ ਹੋਈ ਹੈ। ਅਤੇ ਇੱਕ ਜਿਹੜੀ ਸਾਡਾ ਮੇਕਅਪ ਸੀ ਨਾ ਉਹ ਸਾਡੀ ਤਵੇ ਦੀ ਕਾਲਸ ਸੀਗੀ, ਮੈਂ ਆਪਣੇ ਬ੍ਰੱਸ਼ 'ਤੇ ਨਾ ਉਹ ਤਵੇ ਦੀ ਕਾਲਸ ਲਾ ਕੇ ਫਿਰ ਐਵੇਂ ਕਰਕੇ ਫਿਰ ਬਲੈਕ ਕੀਤਾ ਸੀ, ਅਤੇ ਬਹੁਤ ਔਖਾ ਤਾਰ ਰਿਹਾ। ਹੁਣ ਇਹ ਮਿਹਨਤ ਦਾ ਮੁੱਲ ਤੁਸੀਂ ਪਾ ਦਿਓ ਜੀ, ਵੀਡੀਓ ਵਧੀਆ ਲੱਗੀ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਕਰਕੇ ਦੱਸਿਓ, ਹਰ ਵਾਰ ਦੀ ਤਰ੍ਹਾਂ ਬੈਸਟ ਕਮੈਂਟ ਨੂੰ ਪਿੰਨ ਕੀਤਾ ਜਾਊਗਾ। ਅਤੇ ਜੇ ਤੁਸੀਂ ਇਹ ਵਾਲੇ ਪਾਰਟ ਨੂੰ ਪਿਆਰ ਦਿੰਦੇ ਹੋ ਤਾਂ ਆਪਾਂ ਇਹਦੇ ਨੈਕਸਟ ਪਾਰਟਸ ਵੀ ਲੈ ਕੇ ਆਵਾਂਗੇ। ਐਂਡ ਬਾਕੀ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਤੁਸੀਂ ਆਂਟੀ? ਬਸ ਇਹਦਾ ਤਾਂ ਕੀ ਬੋਲਣਾ ਹੁੰਦਾ, ਮੈਨੂੰ ਬੁਰੇ ਲੱਗਦੇ ਨੇ, ਬੋਲ ਤਾਂ ਪੈਂਦੇ ਕੋਈ ਗੱਲ ਨਹੀਂ ਸੀ, ਪਹਿਲਾਂ ਵੈਸੇ ਅਸੀਂ ਸੋਚਿਆ। ਅਤੇ ਬਸ ਬਾਕੀ ਜਿਹੜੇ ਚੈਨਲ ਦੇ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਓ, ਜਿਹੜੇ ਫੇਸਬੁੱਕ 'ਤੇ ਵੀਡੀਓ ਵੇਖ ਰਹੇ ਆ ਫੇਸਬੁੱਕ 'ਤੇ ਆਪਣਾ ਫੋਲੋ ਨਹੀਂ ਕੀਤਾ ਪੇਜ ਉਹ ਫੋਲੋ ਕਰ ਲਓ। ਥੈਂਕ ਯੂ ਸੋ ਮਚ।